ਤਿੰਨ ਨੌਜਵਾਨਾਂ ਨੇ ਇੱਕ ਡਿਲੀਵਰੀ ਬੁਆਏ ਨੂੰ ਘੇਰਾ ਪਾ ਲਿਆ ਤੇ ਲੁੱਟ ਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀਜ਼ਾ ਡਿਲੀਵਰੀ ਬੁਆਏ ਕੋਲੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਅਤੇ ਉਸਦਾ ਮੋਬਾਈਲ ਖੋ ਕੇ ਫਰਾਰ ਹੋ ਗਏ। ਲੁੱਟ ਖੋ ਦੀ ਇਹ ਘਟਨਾ ਸੀਸੀਟੀਵੀ ਚ ਰਿਕਾਰਡ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੀਜ਼ਾ ਡਿਲੀਵਰੀ ਬੁਆਏ ਪੀਜ਼ਾ ਡਿਲੀਵਰ ਕਰਕੇ ਵਾਪਸ ਆ ਰਿਹਾ ਸੀ। ਇਸ ਮੌਕੇ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਦੇਰ ਰਾਤ ਪੀਜ਼ਾ ਡਿਲੀਵਰ ਕਰਕੇ ਜਦੋਂ ਘਰ ਤੋਂ ਬਾਹਰ ਨਿਕਲਿਆ ਤਾਂ ਤਿੰਨ ਨੌਜਵਾਨ ਝਾੜੀਆਂ ਦੇ ਵਿੱਚੋਂ ਬਾਹਰ ਨਿਕਲੇ ਤੇ ਹਥਿਆਰਾਂ ਦੇ ਦਮ ਤੇ ਉਸ ਕੋਲੋਂ ਪਰਸ ਅਤੇ ਮੋਬਾਈਲ ਖੋ ਕੇ ਫਰਾਰ ਹੋ ਗਏ। ਨੌਜਵਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਸਦਾ ਚੋਰ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਸਨ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ, ਪਰ ਸਵਾਲ ਹੁਣ ਇਹ ਉੱਠਦਾ ਹੈ ਕਿ ਪੁਲਿਸ ਕਦੋਂ ਇਹਨਾਂ ਲੁੱਟ ਖੋਹ ਕਰਨ ਵਾਲਿਆਂ ਨੂੰ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਵੇਗੀ ਤੇ ਨੌਜਵਾਨ ਨੂੰ ਇਨਸਾਫ ਦੇਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਇਹ ਘਟਨਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਤੋਂ ਸਾਹਮਣੇ ਆਈ ਹੈ, ਜੋ ਕਿ ਇੱਕ ਪੋਸ਼ ਏਰੀਆ ਹੈ। ਨੌਜਵਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਭੜਾਸ ਕੱਢਦੇ ਹੋਏ ਕਿਹਾ ਕਿ ਹਰ ਰੋਜ਼ ਇਸ ਪੋਸ਼ ਏਰੀਏ ਦੇ ਵਿੱਚ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ, ਪਰ ਪੁਲਿਸ ਦਾ ਇਹਨਾਂ ਲੁੱਟ ਖੋਹ ਕਰਨ ਵਾਲਿਆਂ ਨੂੰ ਕੋਈ ਡਰ ਨਹੀਂ ਰਿਹਾ। ਨੇੜੇ ਪੁਲਿਸ ਦੇ ਨਾਕੇ ਲੱਗੇ ਹੋਏ ਨੇ ਤਾਂ ਵੀ ਵਾਰਦਾਤਾਂ ਨਿਤ ਦਿਨ ਹੋ ਰਹੀਆਂ ਨੇ। ਸਾਡੇ ਨਾਲ ਦੇਖੋ ਨਾ, ਇੰਨੇ ਬੰਦੇ ਆ, ਡੇਲੀ ਵਾਰਦਾਤਾਂ ਹੋ ਰਹੀਆਂ, ਕਦੀ ਰਾਮਜੀਤ ਰੋਡ ਹੋ ਰਹੀ, ਮਜੀਠੇ ਹੋ ਰਹੀ ਹੈ, ਇਹ ਪੋਸ਼ ਏਰੀਆ, ਠੀਕ ਹੈ ਨਾ, ਨੂੰ ਕੋਡ ਆਫ ਕੰਡਕਟ ਲੱਗਾ ਹੋਇਆ। ਇਲੈਕਸ਼ਨ ਵਾਲਾ ਟਾਈਮ, ਕਿੱਥੇ ਹੈ ਸਰਕਾਰ, ਕਿੱਥੇ ਹੈ ਪੁਲਿਸ, ਕਿੱਥੇ ਉਹ MLA, ਕਿੱਥੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਦਲਾਵ ਲਿਆਵਾਂਗੇ, ਕੋਈ ਬਦਲਾਵ ਨਹੀਂ ਹੋ ਰਿਹਾ। ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਹੈ, ਨਿੱਤ ਨਵੇਂ ਬੰਦਿਆਂ ਨਾਲ ਖੋਹ ਜਾਂਦੀ, ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ, ਠੀਕ ਹੈ, ਰੋਜ਼ ਸਾਡੇ ਨਾਲ ਵਾਰਦਾਤਾਂ ਹੁੰਦੀਆਂ, ਅਸੀਂ ਕਿਹਨੂੰ ਜਾ ਕੇ ਕਹੀਏ, ਫਿਰ ਇਹਨਾਂ ਨੂੰ ਕਹੀਏ ਤਾਂ ਆ ਕੇ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ, ਕਾਹਦੀ ਪੁਲਿਸ ਕੰਮ ਕਰ ਰਹੀ। ਜਵਾਬ ਦੇਣ ਮੈਨੂੰ ਉੱਥੇ ਆ ਗਏ, ਨਾਕਾ ਲੱਗਾ, ਉਹ ਚੌਂਕ ਕਿੰਨਾ ਕੁ ਦੂਰ ਹੈਗਾ, ਇੱਥੋਂ ਵਾਰਦਾਤਾਂ ਹੋਈ ਨੇ, ਡੇਲੀ ਵਾਰਦਾਤ ਹੁੰਦੀ ਹੈ, ਨਿੱਤ ਲੁੱਟ ਖੋਹ ਹੋ ਰਹੀ ਹੈ, ਕਿੱਥੇ ਆਏ ਹੋ ਬੰਦੇ, ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ? ਪੁਲਿਸ ਕਹਿੰਦੇ ਫਲੈਗ ਮਾਰਚ ਵੀ ਕਰਦੇ ਆ। ਕਿੱਥੇ ਫਲੈਗ ਮਾਰਚ, ਮੈਨੂੰ ਨਏ ਨਹੀਂ ਆਇਆ, ਮੈਨੂੰ ਆ ਕੇ ਖੁੱਲ੍ਹੀ ਬਹਿਸ ਕਰ ਲੈਣ, ਮੈਂ ਨਾ ਆ ਕੇ ਕਿਤੇ ਵੀ MLA ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ, ਦੇਣ ਜਵਾਬ ਇੱਥੇ ਬੰਦਿਆਂ ਦਾ, ਅਰੇ ਬੰਦੇ ਦਾ ਖੋਹ ਆ, ਕੌਣ ਦੇਗਾ, ਕੌਣ ਦੇਗਾ, ਮੈਨੂੰ ਦੱਸ ਦਿਓ ਨਾ, ਕੋਈ ਦੇਣ ਵਾਲਾ ਹੈਗਾ ਜਾਂ? ਇਹ ਬੰਦੇ ਨੇ ਇੱਥੋਂ ਰੋਟੀ ਖਾਣੀ, ਆਪਾਂ ਵੀ ਇੱਥੋਂ ਖਾਣੀ, ਜੇ ਸਾਡੇ ਨਾਲ ਡੇਲੀ ਵਾਰਦਾਤ ਹੋਏਗੀ ਆਪਾਂ ਕਿੱਥੇ ਜਾਣਾ? ਅਸੀਂ ਬਾਈ 24 ਘੰਟੇ ਕੰਮ ਕਰਦੇ ਹਾਂ, ਮਤਲਬ ਕਿ ਸਾਡੇ ਨਾਲ ਵਾਰਦਾਤਾਂ ਡੇਲੀ ਆਉਣਗੀਆਂ, ਅਸੀਂ ਕੰਮ ਅਨਸੇਫ ਏਰੀਏ ਭੇਜੇ ਜਾਂਦੇ, ਅਨਸੇਫ ਏਰੀਏ ਚੱਲ ਜੇ ਆਪਾਂ ਫੇਰ ਵੀ ਜਾਂਦੇ, ਕੋਈ ਗੱਲ ਨਹੀਂ, ਸਾਡਾ ਕੰਮ ਹੈਗਾ, ਠੀਕ ਹੈ, ਜੇ ਨਾ ਕਰੀ ਸਾਡਾ ਇਨਸੈਂਟਿਵ ਮਰ ਜਾਂਦੇ, ਆਪਾਂ ਕੰਮ ਕਰਦੇ ਹਾਂ। ਜਿੱਥੇ ਦੇ ਆਰਡਰ ਪੈਂਦੇ ਰਾਤ ਨੂੰ, ਇੰਨਾ ਬੰਦਾ ਹੈਗਾ ਵੈ, ਇੰਨੇ ਬੰਦਿਆਂ 'ਚੋਂ ਕਿੰਨੀਆਂ ਵਾਰੀ ਵਾਰਦਾਤਾਂ ਹੋਈਆਂ ਹੋਈਆਂ, ਤੇ ਪੁਲਿਸ ਨਾ ਨੂੰ ਕਹਿੰਦੇ ਜੀ ਆਪਾਂ ਫਲੈਗ ਮਾਰਚ ਕੱਢਦੇ ਹਾਂ, ਕਿੱਥੇ ਕੱਢਦੇ, ਕਿੱਥੇ ਪੁਲਿਸ ਦੀ ਚੈਕਿੰਗ ਨਾ ਗਏ, ਦੱਸੋ ਮੈਨੂੰ ਨਾ, ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ? ਦਿੱਤੀ ਹੈ, ਪਰ ਮੈਨੂੰ ਇੱਕ ਗੱਲ ਜਾਣਨਾ ਯਾਰ, ਬੰਦੇ ਫੜਨ, ਸਾਡੇ ਬੰਦਿਆਂ ਨੂੰ ਇਨਸਾਫ ਚਾਹੀਦਾ, ਦੱਸ ਜੀ ਗੱਲ ਜੇ, ਹੁਣ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਗਾ, ਜੇ ਇਲੈਕਸ਼ਨ ਦਾ ਟਾਈਮ ਆ ਜਾਂਦੇ ਆ, MLA ਚੁੱਕ ਕੇ ਆ ਜਾਂਦਾ ਜੀ, ਸਾਨੂੰ ਇਹ ਬਾਰੋ ਕਿਸ ਕਰਕੇ, ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰਦਾਤਾਂ ਹੁੰਦੀਆਂ, ਉਹ ਕਿੱਥੇ ਜਵਾਬ ਦੇਣ, ਦੱਸੋ ਮੈਨੂੰ, ਇਹ ਬੰਦੇ ਕਿੱਥੇ ਜਾਣਗੇ? ਹੁਣ ਮੈਂ ਹੀ ਕੰਮ ਕਰਦਾ, ਮੇਰੀ 700-800 ਵੱਜਦਾ ਹੈਗਾ, ਜਦੋਂ ਮੈਂ ਮੋਟਰਸਾਈਕਲ ਮੇਰਾ ਚੋਰੀ ਹੋ ਗਿਆ, ਮੈਂ ਕੀ ਖਾਵਾਂਗਾ ਅਤੇ ਘਰੇ ਕੀ ਦੇਵਾਂਗਾ? ਜੇ ਆਪਾਂ ਕੋਈ ਸੈਲਫ ਡਿਫੈਂਸ ਉਹਦੇ ਡੰਡਾ ਵੀ ਰੱਖ ਲਏ ਨਾ, ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੁਸੀਂ ਇਹ ਰੱਖਿਆ ਕਿਉਂ, ਕਿਸ ਕੰਮ ਵਾਸਤੇ ਰੱਖਿਆ, ਉਹਦਾ ਜਵਾਬ ਸੋ ਜਵਾਬ ਦਿਓ। ਜੇ ਆਪਾਂ ਸੈਲਫ ਡਿਫੈਂਸ ਵਾਸਤੇ ਖੜੀਏ ਹੋਈਏ ਤਾਂ ਵੀ ਸਾਨੂੰ ਜਵਾਬ ਹੈ, ਨਾ ਕਰੀਏ ਤਾਂ ਵੀ ਜਵਾਬ, ਮਤਲਬ ਕਿ ਫਸਣਾ ਆਪਾਂ ਹੀ ਹੈ ਹਰ ਜਗ੍ਹਾ, ਠੀਕ ਆ, ਹਰ ਜਗ੍ਹਾ ਆਪਾਂ ਹੀ ਮਰੀਏ, ਕੀ ਗੱਲ, ਫੂਡ ਡਿਲੀਵਰੀ ਵਾਲੇ ਇਨਸਾਨ ਨਹੀਂ ਗੇ ਕਿ ਜਿਹੜਾ ਮਰਜ਼ੀ ਆਵੇ ਫੂਡ ਡਿਲੀਵਰੀ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ, ਕੀ ਗੱਲ, ਉਹਨਾਂ ਦੇ ਪਰਿਵਾਰ ਨਹੀਂ ਗੇ ਜਿਹੜੇ ਬੰਦੇ ਖੋਹ ਕਰਨ ਵਾਲੇ, ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਬੰਦੇ ਕਿੰਨੀ ਮਿਹਨਤ, ਆਪਾਂ 24 ਘੰਟੇ ਮਿਹਨਤ ਕਰ ਰਹੇ ਹਾਂ, ਗਰਮੀਆਂ 'ਚ ਮਿਹਨਤ ਕਰਦੇ, ਧੁੱਪੇ ਤੱਕ ਲੱਗੇ ਰਹਿੰਦੇ, ਕਿਸ ਕਰਕੇ ਆਪਣਾ ਪਰਿਵਾਰ ਪਾਲਣਾ, ਸਰ ਆਮ ਦਾਤਰ ਵੇਖੋ ਨਾ, ਪੋਸ਼ ਏਰੀਆ, ਹਥਿਆਰ ਲੈ ਕੇ ਆਉਣਾ, ਪੁਲਿਸ ਕਹਿੰਦੀ ਜੀ ਆਪਾਂ ਕਾਬੂ ਕਰ ਰਹੇ, ਕਿੱਥੇ ਕਾਬੂ ਕੀਤਾ ਮੈਨੂੰ ਦੱਸੋ, ਸਰ ਆਮ ਹਥਿਆਰ ਲੈ ਕੇ ਆਏ, ਆਖਿਰ ਉਹ ਕਿਸੇ ਨਾ ਕਿਸੇ ਰਸਤੇ ਆਏ ਨਾ, ਕੋਈ ਬਾਹਰੋਂ ਤਾਂ ਨਹੀਂ ਆਏ ਉੱਡ ਕੇ, ਇੱਥੋਂ ਹੀ ਆਏ ਨਾ, ਕੀ ਗੱਲ, ਨਾਕੇ ਨਹੀਂ ਗਏ ਪੁਲਿਸ ਦੇ?
ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦਿਨ, ਸੀਸੀਟੀਵੀ ਕੈਮਰੇ ਨੇ ਉਹਨੂੰ ਨਜ਼ਰ ਨਹੀਂ ਆ ਰਿਹਾ, ਕਿੱਡੀ ਕੁ ਵੱਡੀ ਗੱਲ ਹੈ ਕਿ ਦੱਸੋ ਮੈਨੂੰ ਪੁਲਿਸ ਵਾਸਤੇ। ਕੋਈ ਇਹੀ 1.5-2 ਲੱਖ ਦਾ, ਪਹਿਲਾਂ ਵੀ ਮੇਰਾ ਕੁਛ ਦਿਨ ਪਹਿਲਾਂ ਹੀ ਮੋਟਰਸਾਈਕਲ ਚੋਰੀ ਹੋ ਗਿਆ, ਲੱਗਾ ਮੋਟਰਸਾਈਕਲ ਹੀ, ਲੋਕ ਲੱਗਾ ਸੀਗਾ ਉਹ ਵੀ ਚੋਰੀ ਹੋ ਗਿਆ, ਉਹ ਵੀ ਮਤਲਬ ਕਿ ਨਵਾਂ ਮੋਟਰਸਾਈਕਲ ਹੀ, 3 ਮਹੀਨੇ ਚੱਲਿਆ ਸੀਗਾ, ਇਹ ਵੀ ਕੁਛ ਦਿਨ ਬਾਅਦ ਉਸ ਤੋਂ ਬਾਅਦ ਲਿਆ, ਕੋਈ 2-3 ਮਹੀਨੇ ਚਲਾਇਆ, ਫਿਰ ਇਸ ਤਰ੍ਹਾਂ ਹੀ ਖੋ ਹੋ ਗਿਆ। ਤੁਹਾਨੂੰ ਦਿਨ ਦਿਹਾੜੀ ਕ੍ਰਾਈਮ ਹੋਣਾ ਬੜੀ ਵੱਡੀ, ਬਹੁਤ ਜ਼ਿਆਦਾ ਹੋ ਗਿਆ ਸਰ। ਇਹ ਪ੍ਰੋਵਿਡ ਏਰੀਆ ਹੈ, ਮਤਲਬ ਕਿ ਚੱਲਣ ਵਾਲਾ ਏਰੀਆ ਹੈ, ਬਿਲਕੁਲ ਘਰਾਂ ਦੇ ਵਿੱਚ ਆ, ਉਹਦੇ ਵਿੱਚ ਇਹੋ ਜਿਹੇ ਆਦਤ ਹੋਣੇ ਤਾਂ ਅਸੀਂ ਕੋਈ ਅਨਸੇਫ ਏਰੀਆ ਦੇ ਵਿੱਚ ਜਾਵਾਂਗੇ ਤਾਂ ਅਸੀਂ ਬਿਲਕੁਲ ਸੇਫ ਨਹੀਂ ਹੈਗੇ। ਸਰ ਇਨਸਾਫ਼ ਦੀ ਮੰਗ ਕਰਦੇ ਹਾਂ। ਪੁਲਿਸ ਦਾ ਥਾਣਾ ਲੱਗੇ ਸੀ ਕਿ ਦੂਰ ਸੀ? ਬਿਲਕੁਲ ਲੱਗੇ ਸੀ ਸਰ, ਕੋਈ ਮੰਨ ਲਓ ਕਿ ਕੋਈ 200-300 ਮੀਟਰ ਦੇ ਵਿੱਚ ਹੋਊਗਾ। ਜ਼ੋਮੈਟੋ ਕਰਮਚਾਰੀ ਨਾਲ ਪ੍ਰਿੰਸੀਪਲ ਹੈਗਾ ਜੀ, ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੀ ਬਾਈਕ ਹੈਗੀ ਉਹ ਖੋ ਹੋ ਗਈ ਹੈ ਜੀ, ਅਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਅਤੇ FIR ਰਜਿਸਟਰ ਕਰਕੇ ਜੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ ਜੀ। ਹਾਂਜੀ, ਇਹਨੇ CCTV ਫੁਟੇਜ ਵਗੈਰਾ ਹੈਗੇ ਜਿਹੜੇ ਆਪਾਂ ਏਰੀਏ 'ਤੇ ਖੰਗਾਲ ਰਹੇ ਹਾਂ, ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ ਇਹਦੇ ਵਿੱਚ। ਹਾਂਜੀ, ਇਹਦੇ ਵਿੱਚ ਹੁਣ ਕਰ ਰਹੇ ਹਾਂ ਜੀ, FIR ਰਜਿਸਟਰ ਕਰਕੇ ਹੁਣ ਟਰੇਸ ਕਰਾਂਗੇ।